ਸਤਿ ਸ਼੍ਰੀ ਅਕਾਲ। ਜਸ ਪੰਜਾਬੀ ਦੇ ਸੋਸ਼ਲ ਮੀਡੀਆ ਹੈਂਡਲ ਨਾਲ ਜੁੜਿਓ ਤੁਸੀਂ। ਇਸ ਵਕਤ ਦੀ ਪੰਜਾਬ ਦੀ ਵੱਡੀ ਰਾਜਨੀਤਿਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਕਾਂਗਰਸ ਨੇ ਆਪਣੇ 13 ਲੋਕ ਸਭਾ ਉਮੀਦਵਾਰਾਂ ਦੇ ਵਿੱਚੋਂ ਰਹਿੰਦੇ 5 ਲੋਕ ਸਭਾ ਉਮੀਦਵਾਰਾਂ ਦੇ ਵਿੱਚੋਂ 4 ਉਮੀਦਵਾਰਾਂ ਦੀ ਸੂਚੀ ਹੁਣੇ ਹੁਣੇ ਜਾਰੀ ਕਰ ਦਿੱਤੀ ਹੈ। ਇਹਨਾਂ ਦੇ ਵਿੱਚ ਕਈ ਸੀਟਾਂ ਬਹੁਤ ਮਹੱਤਵਪੂਰਨ ਸੀਟਾਂ, ਜਿਨ੍ਹਾਂ ਦੇ ਉੱਤੇ ਲਗਾਤਾਰ ਮੰਥਨ ਕਾਂਗਰਸ ਦੇ ਵਿੱਚ ਮੈਰਾਥਨ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਸੀ, ਤਾਂ ਹੁਣੇ ਹੁਣੇ 4 ਉਮੀਦਵਾਰਾਂ ਦੀ ਸੂਚੀ ਕਾਂਗਰਸ ਵੱਲੋਂ ਜਾਰੀ ਕਰ ਦਿੱਤੀ ਹੈ, ਜਿਸ ਦੇ ਵਿੱਚ ਅਹਿਮ ਸੀਟ ਲੁਧਿਆਣਾ। ਲੁਧਿਆਣਾ ਤੋਂ ਤੁਹਾਨੂੰ ਪਤਾ ਕਿ ਰਵਨੀਤ ਸਿੰਘ ਬਿੱਟੂ ਪਹਿਲਾਂ ਲੋਕ ਸਭਾ ਮੈਂਬਰ, ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ, ਅਤੇ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਬਿੱਟੂ ਹੋਰਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ। ਹੁਣ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਗੇ। ਜੀ ਹਾਂ, ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ, ਉਹ ਰਵਨੀਤ ਬਿੱਟੂ ਦੇ ਖਿਲਾਫ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੁਧਿਆਣਾ ਦੀ ਸੀਟ ਬਹੁਤ ਇਸ ਵਕਤ ਦੀ ਰੇੜਕੇ ਦੀ ਸੀਟ ਬਣਦੀ ਨਜ਼ਰ ਆ ਰਹੀ ਹੈ। ਦੂਜੀ ਸੀਟ ਜਿਸ ਦੇ ਉੱਤੇ ਸਭ ਤੋਂ ਵੱਧ ਨਿਗਾਹ ਟਿੱਕੀ ਹੋਈ ਸੀ, ਉਹ ਨਿਗਾਹ ਟਿੱਕੀ ਹੋਈ ਸੀ ਖਡੂਰ ਸਾਹਿਬ ਸੀਟ ਤੋਂ। ਖਡੂਰ ਸਾਹਿਬ ਸੀਟ ਤੁਹਾਨੂੰ ਪਤਾ ਕਿ ਪੰਜਾਬ ਦੀ ਉਹ ਸੀਟ ਮੰਨੀ ਜਾਂਦੀ ਹੈ ਜਿਹੜੀ ਕਿ ਪੰਥਕ ਸੀਟ, ਸ਼ੁਰੂ ਤੋਂ ਪੰਥਕ ਹਲਕਿਆਂ ਦੇ ਵਿੱਚ ਹਮੇਸ਼ਾ ਤੋਂ ਇਹ ਰੁਝਾਨ ਰਿਹਾ ਕਿ ਖਡੂਰ ਸਾਹਿਬ ਦੀ ਸੀਟ ਉਹ ਸੀਟ ਹੈ ਜਿਹੜੀ ਸੀਟ ਕਿਤੇ ਨਾ ਕਿਤੇ ਜਾ ਕੇ ਮਾਲਵੇ ਨਾਲ ਵੀ ਜੁੜਦੀ ਹੈ, ਦੁਆਬੇ ਨਾਲ ਵੀ ਜੁੜਦੀ ਹੈ, ਔਰ ਮਾਝੇ ਨਾਲ ਸਿੱਧੇ ਤੌਰ ਦੇ ਉੱਤੇ ਜੁੜਦੀ ਹੈ। ਸੋ ਖਡੂਰ ਸਾਹਿਬ ਦੇ ਉੱਤੇ ਲਗਾਤਾਰ ਮੰਥਨ ਕਰਨ ਤੋਂ ਬਾਅਦ ਕੁਲਬੀਰ ਸਿੰਘ ਜੀਰਾ, ਜੀ ਹਾਂ, ਕਾਂਗਰਸ ਨੇ ਕੁਲਬੀਰ ਸਿੰਘ ਜੀਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਖਡੂਰ ਸਾਹਿਬ ਸੀਟ ਤੋਂ। ਤੁਹਾਨੂੰ ਪਤਾ ਕਿ ਖਡੂਰ ਸਾਹਿਬ ਸੀਟ ਤੋਂ ਕੱਲ੍ਹ ਹੀ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਆਪਣੇ ਉਮੀਦਵਾਰ ਦੇ ਰੂਪ ਦੇ ਵਿੱਚ ਨੋਮੀਨੇਟ ਕੀਤਾ ਸੀ, ਅਤੇ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੀ ਜਥੇਬੰਦੀ ਆਜ਼ਾਦ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਖਡੂਰ ਸਾਹਿਬ ਸੀਟ ਜਿਹੜੀ ਕਿ ਪੰਥਕ ਸੀਟ ਮੰਨੀ ਜਾਂਦੀ ਹੈ, ਇਸੇ ਕਰਕੇ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਇਸ ਵਕਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, NSA ਉਹਨਾਂ ਦੇ ਉੱਤੇ ਲੱਗਿਆ ਹੋਇਆ, ਤਾਂ ਆਜ਼ਾਦ ਤੌਰ ਦੇ ਉੱਤੇ ਉਹ ਲੜ ਰਹੇ ਨੇ। ਤਾਂ ਕਾਂਗਰਸ ਨੇ ਖਡੂਰ ਸਾਹਿਬ ਸੀਟ ਦਾ ਰੇਡਕਾ ਖਤਮ ਕਰਦੇ ਹੋਏ ਕੁਲਬੀਰ ਸਿੰਘ ਜੀਰਾ ਨੂੰ ਖਡੂਰ ਸਾਹਿਬ ਤੋਂ ਆਪਣਾ ਲੋਕ ਸਭਾ ਦਾ ਉਮੀਦਵਾਰ ਬਣਾਇਆ। ਇਸ ਤੋਂ ਅਗਲੀ ਇੱਕ ਹੋਰ ਪੰਥਕ ਮੰਨੀ ਜਾਂਦੀ ਸੀਟ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ। ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਰੇੜਕਾ ਚੱਲ ਰਿਹਾ ਸੀ ਕਿ ਰਾਣਾ ਗੁਰਜੀਤ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਨੇ, ਉਹ ਰਾਣਾ ਇੰਦਰ ਪ੍ਰਤਾਪ ਸਿੰਘ, ਯਾਨੀ ਕਿ ਆਪਣੇ ਪੁੱਤਰ ਦੇ ਲਈ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਦਰ ਪ੍ਰਤਾਪ ਸਿੰਘ ਹੋਰਾਂ ਨੂੰ ਸੀਟ ਮਿਲ ਜਾਵੇ, ਪਰੰਤੂ ਵਿਜੇ ਇੰਦਰ ਸਿੰਗਲਾ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਨੇ, ਸੰਗਰੂਰ ਤੋਂ ਪਹਿਲਾਂ ਲੋਕ ਸਭਾ ਮੈਂਬਰ ਰਹੇ, ਅਤੇ ਹੁਣ ਵਿਜੇ ਇੰਦਰ ਸਿੰਗਲਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਕਾਂਗਰਸ ਨੇ ਆਪਣਾ ਉਮੀਦਵਾਰ ਤੈਅ ਕੀਤਾ, ਨਿਸ਼ਚਿਤ ਕੀਤਾ। ਇਸ ਤੋਂ ਅਗਲੀ ਸੀਟ ਗੁਰਦਾਸਪੁਰ ਦੀ ਸੀਟ, ਮਾਝੇ ਦਾ ਗੜ੍ਹ ਗੁਰਦਾਸਪੁਰ ਦੀ ਸੀਟ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਉਮੀਦਵਾਰ ਹੋਣਗੇ। ਹਾਲਾਂਕਿ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦੇ ਆਏ ਕਿ ਉਹ ਕੇਂਦਰੀ ਪੋਲੀਟਿਕਸ ਦੇ ਵਿੱਚ, ਯਾਨੀ ਕਿ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਨਹੀਂ ਜਾਣਾ ਚਾਹੁੰਦੇ, ਅਤੇ ਦੂਜੀ ਗੱਲ ਉਹ ਕਹਿੰਦੇ ਰਹੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਿ ਮੈਂ ਤਾਂ ਜਿਹੜਾ ਪਾੜਾ ਪਰਿਵਾਰ ਹੈ ਕਾਂਗਰਸ ਦਾ, ਪਾੜਾ ਪਰਿਵਾਰ ਕਾਂਗਰਸੀ ਹਲਕਿਆਂ ਦਾ ਜਿਹੜਾ ਇੱਕ ਜਾਣਿਆ ਮਾਣਿਆ ਰਾਜਨੀਤਿਕ ਪਰਿਵਾਰ ਹੈ, ਕਿ ਮੈਂ ਉਹਨਾਂ ਦੀ ਪਿੱਠ ਥਾਪੜ ਚੁੱਕਿਆ, ਮੈਂ ਕਹਿ ਚੁੱਕਿਆ, ਉਹਨਾਂ ਨਾਲ ਵਾਅਦਾ ਕਰ ਚੁੱਕਿਆ ਕਿ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਜਿਹੜੀ ਆ ਉਹ ਗੁਰਦਾਸਪੁਰ ਹਲਕੇ ਤੋਂ ਲੜਾਉਣ ਦੇ ਵਿੱਚ ਉਹ ਸਹਾਈ ਹੋਣਗੇ। ਪਰੰਤੂ ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਦਾਅ ਖੇਡਿਆ ਹੈ ਗੁਰਦਾਸਪੁਰ ਦੀ ਸੀਟ ਤੋਂ। ਸੋ ਇਸ ਵਕਤ ਦੀਆਂ ਵੱਡੀਆਂ ਖਬਰਾਂ ਦੇ ਵਿੱਚੋਂ ਵੱਡੀ ਖਬਰ ਕਿ ਕਾਂਗਰਸ ਨੇ 13 ਲੋਕ ਸਭਾ ਸੀਟਾਂ ਦੇ ਵਿੱਚੋਂ
ਪੰਜ ਉਮੀਦਵਾਰ ਹਾਲੇ ਐਲਾਨ ਕਰਨੇ ਸੀ, ਪੰਜਾਂ ਦੇ ਵਿੱਚੋਂ ਚਾਰ ਉਮੀਦਵਾਰ ਕ੍ਰਮਵਾਰ ਤੁਹਾਨੂੰ ਇੱਕ ਵਾਰ ਫਿਰ ਦੱਸਦਿਆਂ ਕਿ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਕਾਂਗਰਸ ਵੱਲੋਂ ਲੋਕ ਸਭਾ ਦੀ ਚੋਣ ਲੜਨਗੇ। ਹਲਕਾ ਖਡੂਰ ਸਾਹਿਬ ਪੰਥਕ ਸੀਟ ਤੋਂ ਇਸ ਵਕਤ ਕੁਲਬੀਰ ਸਿੰਘ ਜੀਰਾ ਹੋਰੀ ਨੇ ਜਿਹੜੇ ਉਹਨਾਂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਨਿਸ਼ਚਿਤ ਕੀਤਾ। ਗੁਰਦਾਸਪੁਰ ਤੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਾਂਗਰਸ ਦੇ ਉਮੀਦਵਾਰ ਹੋਣਗੇ, ਅਤੇ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਕਿ ਪੰਥਕ ਸੀਟ ਮੰਨੀ ਜਾਂਦੀ ਹੈ, ਉਸ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸੰਗਰੂਰ ਵਿਜੇ ਇੰਦਰ ਸਿੰਗਲਾ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਹੋਣਗੇ। ਹੁਣ ਇੱਕੋ ਇੱਕ ਉਮੀਦਵਾਰ ਫਿਰੋਜ਼ਪੁਰ ਸੀਟ ਜਿਹੜੀ ਹੈ, ਫਿਰੋਜ਼ਪੁਰ ਲੋਕ ਸਭਾ ਹਲਕਾ ਜਿਹੜਾ ਹੈ, ਹੁਣ ਉਸ ਦਾ ਰੇੜਕਾ ਜਾਰੀ ਹੈ, ਕਿਉਂਕਿ ਫਿਰੋਜ਼ਪੁਰ ਦੇ ਉੱਤੇ ਜਾਂਦੇ ਜਾਂਦੇ ਨਿਗਾਹ ਮਰਵਾ ਦਿਆਂ ਕਿ ਫਿਰੋਜ਼ਪੁਰ ਸੀਟ ਦੇ ਉੱਤੇ ਇੱਕ ਤਾਂ ਰਵਿੰਦਰ ਆਮਲਾ ਹੋਰਾਂ ਦਾ ਨਾਮ ਚਰਚਾ ਦੇ ਵਿੱਚ ਹੈ, ਕਿ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਰਵਿੰਦਰ ਆਮਲਾ ਸ਼ਾਇਦ ਬੀਜੇਪੀ ਦੇ ਵਿੱਚ ਨਾ ਚਲੇ ਜਾਣ। ਜੇਕਰ ਜੇ ਬੀਜੇਪੀ ਦੇ ਵਿੱਚ ਨਹੀਂ ਜਾਂਦੇ ਤਾਂ ਰਵਿੰਦਰ ਆਮਲਾ ਜਿਹੜੇ ਉੱਥੋਂ ਇਸ ਵਕਤ ਦੇ ਮੌਜੂਦਾ ਕਾਂਗਰਸ ਦੇ MLA ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ, ਜਾਂ ਫਿਰ ਘੁਬਾਇਆ ਪਰਿਵਾਰ ਦੇ ਵਿੱਚੋਂ ਵੀ ਫਿਰੋਜ਼ਪੁਰ ਸੀਟ ਦੇ ਉੱਤੇ ਕਿਸੇ ਨੂੰ ਉਮੀਦਵਾਰ ਬਣਾਇਆ ਜਾ ਸਕਦਾ। ਸੋ ਕਾਂਗਰਸ ਨੇ ਲਗਭਗ ਨਹੀਂ, ਨਿਸ਼ਚਿਤ ਤੌਰ ਦੇ ਉੱਤੇ ਇਸ ਵਕਤ ਆਪਣੇ ਜਿਹੜੇ 12 ਉਮੀਦਵਾਰ ਨੇ 13 ਲੋਕ ਸਭਾ ਸੀਟਾਂ ਦੇ ਵਿੱਚੋਂ ਉਹ ਅਨਾਊਂਸ ਕਰ ਦਿੱਤੇ ਨੇ। 4 ਉਮੀਦਵਾਰ ਹੁਣੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਹੋਣਗੇ। ਤੁਸੀਂ ਆਪਣੇ ਸੁਝਾਅ, ਤੁਸੀਂ ਆਪਣੇ ਕਮੈਂਟ ਸਾਡੇ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਛੱਡ ਸਕਦੇ ਹੋ। ਤੁਹਾਡੇ ਸੁਝਾਅ ਸਾਡੇ ਲਈ ਕੀਮਤੀ ਨੇ, ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ ਜਸ ਪੰਜਾਬੀ ਦੇ ਸੋਸ਼ਲ ਮੀਡੀਆ ਹੈਂਡਲ ਦੀ ਲਗਾਤਾਰ ਕਵਰੇਜ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।